ਕਈ ਇੱਥੇ ਨੋਟ ਕਮਾਉਂਦੇ ਭਾਵੇਂ ਮਾੜਾ ਨੇ ਗਾਉਂਦੇ ਹਿੱਸੇ ਗਰੇ ਵਾਲਾ ਤੇਰੇ ਸੀਸਾਂ ਹੀ ਆਈਆਂ ਨੇ ਸੋ ਜਿਹੜਾ ਉਹ ਅਲੱਗ ਹੋਣਾ ਆ ਉਹਦੇ 'ਚ ਕਾਫੀ ਚੀਜ਼ਾਂ ਸੈਕਰੀਫਾਈਸ ਘੱਟ ਨੇ ਯਾਰ ਬਹੁਤ ਘੱਟ ਆ ਸਹੇ ਵੀ ਆ ਹੁਣ ਤੱਕ ਸਹਿ ਰਹੇ ਹਾਂ ਅੱਜ ਵੀ ਸਹਿ ਰਹੇ ਹਾਂ ਕੋਈ ਇਹੋ ਜਿਹੀ ਗੱਲ ਨਹੀਂ ਪਰ ਤੁਹਾਡੀ ਡੈਫੀਨੇਸ਼ਨ ਹੋਣੀ ਚਾਹੀਦੀ ਘੱਟੇ ਵੱਧ ਦੀ ਜਾਂ ਤੁਹਾਡੀ ਖੁਸ਼ੀ ਦੀ ਗਮੀ ਦੀ ਡੈਫੀਨੇਸ਼ਨ ਕੀ ਆ ਮੇਰੀ ਖੁਸ਼ੀ ਗਮੀ ਦੀ ਡੈਫੀਨੇਸ਼ਨ ਪੈਸਾ ਨਾ ਕਦੇ ਰਿਹਾ ਨਾ ਹੈਗਾ ਨਾ ਹੋਊਗਾ ਹੈ ਨਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਆਪਾਂ ਜਿਹੜੇ ਟੋਪਿਕ 'ਤੇ ਗੱਲ ਕਰ ਰਹੇ ਹੈਲਥ ਤੰਦਰੁਸਤੀ ਹੋਣੀ ਥੋੜ੍ਹੇ ਯਾਰ ਹੱਥ ਪੈਰ ਚੱਲ ਰਹੇ ਆ ਤੁਰਦੇ ਫਿਰਦੇ ਹੋ ਤੁਸੀਂ ਪਰਮਾਤਮਾ ਨੇ ਤੁਹਾਨੂੰ ਐਡੀ ਬਖਸ਼ਿਸ਼ ਦਿੱਤੀ ਆ ਇਹ ਤੋਂ ਉੱਤੇ ਹੋਰ ਚੀਜ਼ ਹੀ ਨਹੀਂ ਕੋਈ ਹੋ ਸਕਦੀ ਦੂਜੀ ਚੀਜ਼ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਲੇਸ਼ ਬਾਹਰ ਥਰਡ ਚੀਜ਼ ਨਹੀਂ ਹੈਗੀ ਜ਼ਿੰਦਗੀ ਮੈਨੂੰ ਮੈਂ ਨਹੀਂ ਮੰਨਦਾ ਤੀਜੀ ਕੋਈ ਕਿਸੇ ਚੀਜ਼ ਨੂੰ ਕੋਈ ਨਾਮ ਕੋਈ ਫੇਮ ਕੋਈ ਪੈਸਾ ਇਹਨੂੰ ਮੈਂ ਮੰਨਦਾ ਹੀ ਨਹੀਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਨਾ ਵੈਸੇ ਇਟ ਇਜ਼ ਨੋਟ ਅ ਕੰਪੈਰੀਜ਼ਨ ਬਟ ਮੈਂ ਉਸ ਬੰਦੇ ਦਾ ਫੈਨ ਹਾਂ ਮੈਂ ਤਾਂ ਐਂ ਗੱਲ ਕਰਦਾ ਕ੍ਰਿਸਚਨ ਬੇਲ ਇੱਕ ਆਰਟਿਸਟ ਆ ਜਿਨ੍ਹਾਂ ਨੇ ਬੈਟਮੈਨ ਦੀ ਭੂਮਿਕਾ ਨਿਭਾਈ ਆ ਇੱਕ ਤਾਂ ਉਹਨਾਂ ਨੇ ਵੀ ਤੁਹਾਡੇ ਵਾਂਗੂ ਦਾ ਮਸ਼ੀਨਿਸਟ ਫਿਲਮ ਵਾਸਤੇ ਬਹੁਤ ਐਕਸਟ੍ਰੀਮ ਉਹਨੇ ਉਹ ਬੰਦੇ ਨੇ ਤਾਂ ਖਰਾਬ ਕੀਤਾ ਮੈਨੂੰ ਅੱਛਾ ਜਦੋਂ ਤੁਣਕਾ ਤੁਣਕਾ ਕਰਨੀ ਸੀ ਨਾ ਅਤੇ ਵੇਟ ਮੈਂ ਰਿਡਿਊਸ ਕਰ ਰਿਹਾ ਸੀ ਲੱਗਿਆ ਸੀ ਰਿਡਿਊਸ ਕਰਨ ਮੈਂ ਮਸ਼ੀਨਿਸਟ ਦੇਖ ਲਈ ਉਹ ਮੇਰੇ ਤੋਂ ਦੇਖੀ ਗਈ ਕਿਤੇ ਮੈਨੀਫੈਸਟ ਉਹ ਪਿੱਛੇ ਪਿਆ ਸੀਗਾ ਉੱਥੇ ਉਹ ਉੱਥੇ ਗੜਬੜ ਉੱਥੇ ਗੇਮ ਘੁੰਮ ਗਈ ਸਾਰੀ ਮੈਂ ਦੇਖ ਮੈਨੂੰ ਯਾਦ ਆ ਮੈਂ ਰਾਤ ਨੂੰ ਦੇਖੀ ਸੀ ਮੈਨੂੰ ਨੀਂਦ ਬਹੁਤ ਔਖੀ ਆਈ ਫਿਰ ਓਕੇ ਮੈਂ ਦੇਖਿਆ ਮੈਂ ਯਾਰ ਇਹ ਵੀ ਤਾਂ ਬੰਦਾ ਹੀ ਆ ਇਹ ਵੀ ਹੱਡ ਮਾਸ ਦਾ ਹੀ ਆ ਉਹ ਜਿਹੜੀ ਉਹਦੀ ਪਿੱਛੇ ਮੜਕੇ ਸੀ ਹਾਂ ਵਿਜੂਲਾਈਜ਼ ਬੈਕਬੋਨ ਤੇ ਅਤੇ ਉਹਦੀ ਰਿਬਸ ਸੀਗੀਆਂ ਹਾਂਜੀ ਇਹ ਮੈਂ ਉਦੋਂ ਦੇਖੇ ਸੀ ਉਦੋਂ ਮੈਂ ਸੋਚਿਆ ਸੀ ਵੀ ਯਾਰ ਜੇ ਇਹ ਬੰਦਾ ਰਿਬਸ ਕੱਢ ਸਕਦਾ ਇਹਦੇ ਮੜਕੇ ਦੇਖ ਸਕਦੇ ਆਪਣੇ ਕਿਉਂ ਨਹੀਂ ਦੇਖ ਸਕਦੇ ਵੀ ਇਹਦੇ ਕਿਹੜਾ ਕੋਈ ਚੰਨ ਤਾਰੇ ਲੱਗੇ ਹੋਏ ਆ ਤਾਂ ਇਹ ਵੀ ਬੰਦਾ ਹੀ ਆ ਕ੍ਰਿਸਚਨ ਬੇਲ ਨਹੀਂ ਕਰਾਇਆ ਕੰਮ ਉਹਦੀ ਇੱਕ ਚੀਜ਼ ਹੋਰ ਬਹੁਤ ਸੋਹਣੀ ਭਾਅ ਜੀ ਜੋ ਤੁਹਾਡੇ ਨਾਲ ਰਿਲੇਟ ਕਰਦੀ ਹੈ ਉਹ ਅੱਜ ਵੀ 2003 ਮਾਡਲ ਟੋਇਟਾ ਚਲਾਉਂਦਾ ਪਿਆ ਅੱਜ ਵੀ ਕਹਿਣ ਦਾ ਭਾਵ ਜਿਹੜਾ ਤੁਸੀਂ ਖੁਸ਼ੀ ਦੀ ਡੈਫੀਨੇਸ਼ਨ ਹੋਣੀ ਦੱਸੀ ਕਿ ਪੈਸਾ ਫੇਮ ਹੀ ਇਜ਼ ਦਾ ਬਿਗੈਸਟ ਆਰਟਿਸਟ 150 ਮਿਲੀਅਨ ਉਹਦੀ ਲਾਈਕ ਨੈਟਵਰਥ ਹੈਗੀ ਆ ਬਟ ਉਹਨੂੰ ਨਹੀਂ ਯੂ ਡੋਂਟ ਗਿਵ ਅ ਡੈਮ ਅਬਾਊਟ ਕਾਰਸ ਐਂਡ ਆਲ ਉਹਨਾਂ ਨੂੰ ਕੀ ਨਹੀਂ ਹੈ ਦੋ ਚੀਜ਼ਾਂ ਹੁੰਦੀਆਂ ਨੇ ਯਾਰ ਦੋ ਚੀਜ਼ਾਂ ਨੇ ਇੱਕ ਤੁਹਾਡੇ ਕੋਲ ਜਦੋਂ ਪੈਸਾ ਨਹੀਂ ਹੈਗਾ ਤੁਸੀਂ ਉਹਦੇ 'ਚ ਸੈਟਿਸਫਾਈਡ ਹੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰ ਰਹੇ ਇੱਕ ਜਦੋਂ ਤੁਹਾਡੇ ਕੋਲ ਬਹੁਤ ਪੈਸਾ ਤੁਸੀਂ ਫਿਰ ਵੀ ਉਹਨੂੰ ਯੂਜ਼ ਨਹੀਂ ਕਰ ਰਹੇ ਉਹਦੇ 'ਚ ਉਹ ਤਾਂ ਵੀ ਉਹ ਚੀਜ਼ ਕਰ ਰਹੇ ਹੋ ਜਿਹਦੇ ਤੁਸੀਂ ਸੈਟਿਸਫਾਈਡ ਹੋ ਦੋਨਾਂ ਚੀਜ਼ਾਂ 'ਚ ਬਹੁਤ ਫਰਕ ਆ ਜਿਵੇਂ ਤੁਸੀਂ ਦੱਸ ਰਹੇ ਹੋ ਕ੍ਰਿਸਚਨ ਓਬਵੀਅਸ ਜੀ ਗੱਲ ਆ ਉਹਦੇ ਕੋਲ ਬੇਇੰਤਿਹਾ ਰੁਪਈਆ ਹੋਊਗਾ ਅਤੇ ਜੇ ਉਹਨੂੰ ਸਾਈਡ 'ਤੇ ਰੱਖ ਰਿਹਾ ਨਾ ਹੀ ਇਜ਼ ਮੱਚ ਬਿਗਰ ਔਰ ਗ੍ਰੇਟਰ ਮੈਂ ਮੰਨਦਾ ਮੇਰੇ ਮੇਰੇ ਤਾਂ ਮੈਂ ਉਸਦੇ ਨੇੜੇ ਤੜੇ ਨਹੀਂ ਜਾ ਸਕਦਾ ਸਵਾਦ ਉੱਦਣ ਆਊ ਜਿੱਦਣ ਮੇਰੇ ਕੋਲ 150 ਮਿਲੀਅਨ ਹੋਊਗਾ 150 ਮਿਲੀਅਨ ਡਾਲਰ ਹੋਊ ਮੇਰੇ ਕੋਲ ਫਿਰ ਮੈਂ ਉਹਦੇ ਕਹਿਣਾ ਆਪਣੇ ਤੁਸੀਂ ਫੋਰਚੂਨਰ ਲਾ ਲਓ ਪੁਰਾਣੀ ਹਾਂਜੀ ਜਾਂ ਅੱਜ ਦੀ ਵੀ ਫੋਰਚੂਨਰ ਹੁਣ ਤਾਂ ਕੋਈ ਕੁਛ ਸਮਝਦਾ ਹੀ ਨਹੀਂ ਹੈ ਅਤੇ ਉਹ ਤੋਂ ਉੱਤੇ ਦੀ ਗੇਮ ਪੈ ਗਈ ਅਤੇ ਉੱਥੇ ਫਿਰ ਬੰਦਾ ਕਹੂਗਾ ਯਾਰ ਇਹ ਫੋਰਚੂਨਰ ਹੀ ਚਲਾਉਂਦਾ ਭਾਈ ਇਹ ਜਿਹੜਾ ਬ੍ਰੇਨ ਦਾ ਪਾਰਟ ਆ ਜਿਹਨੂੰ ਉਹਨਾਂ ਨੇ ਕੌਂਕਰ ਕੀਤਾ ਪਿਆ ਆ ਇੱਕ ਇੱਦਾਂ ਹੀ ਜੌਨ ਵਿਕ ਜਿਹੜਾ ਫਿਲਮ ਦਾ ਆਰਟਿਸਟ ਹੈਗਾ ਆ ਉਹਨੇ ਉਹ ਵੀ ਟ੍ਰੇਨ 'ਚ ਘੁੰਮਦਾ ਆ ਇੱਦਾਂ ਹੀ ਮੈਂ ਬੜੇ ਲੋਕ ਦੇਖੇ ਨੇ ਤੁਹਾਡੀ ਵੀ ਕਿੰਨੇ ਬੰਦੇ ਆਏ ਨੇ ਹਾਂਜੀ ਹੈ ਨਾ ਮੈਂ ਇਕੱਲਾ ਹੀ ਆਇਆ ਵਾਂ ਲੌਂਗ ਲੈਣਾ ਤਾਂ ਕੋਈ ਫੌਜ ਤਾਂ ਲੈ ਕੇ ਆਇਆ ਨਹੀਂ ਤੁਹਾਡੇ ਕੋਲ ਹਾਂਜੀ ਹੈ ਨਾ ਮੈਨੂੰ ਵੀ ਨਾ ਮੈਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ ਅਤੇ ਮੈਂ ਪਤਾ ਨਹੀਂ ਕਿੱਥੇ ਗਿਆ ਯਾਰ ਕਿਸੇ ਦੁਕਾਨ 'ਚ ਮੈਂ ਕੋਈ ਚੀਜ਼ ਲੈਣ ਗਿਆ ਮੈਨੂੰ ਕਹਿੰਦਾ ਭਾਅ ਜੀ ਤੁਸੀਂ ਹਰਦੀਪ ਜਿਹੜਾ ਭਾਅ ਜੀ ਤੁਸੀਂ ਇਕੱਲੇ ਹੀ ਆ ਗਏ ਮੈਂ ਯਾਰ ਇਕੱਲੇ ਮੈਂ ਤਾਂ ਛੋਟੀ ਜਿਹੀ ਚੀਜ਼ ਲੈਣੀ ਸੀ ਹੁਣ ਮੈਂ 4 ਬੰਦੇ ਨਾਲ ਲੈ ਕੇ ਆਉਂਦਾ ਹੈ ਨਾ ਹਾਂਜੀ ਅਤੇ ਕੱਲ੍ਹ ਇੱਥੇ ਸਕਰੀਨਿੰਗ ਸੀਗੀ ਆਪਣੀ ਖਿਡਾਰੀ ਦੀ ਓਕੇ ਉੱਥੇ ਮੈਂ ਚਲੇ ਗਿਆ ਹੁਣ ਬੁਲਾਇਆ ਅਗਲੇ ਨੇ ਮੈਂ ਪਹੁੰਚ ਗਿਆ ਭਾਈ ਉੱਥੇ ਸਾਡੇ ਇੱਕ ਮਿੱਤਰ ਨੇ ਇੰਡਸਟਰੀ ਤੋਂ ਹੀ ਜਦੋਂ ਵਾਪਸ ਆਉਣ ਲੱਗੇ ਨਾ ਉਹ ਮੈਨੂੰ ਕਹਿੰਦਾ ਭਾਅ ਜੀ ਮੈਂ ਤੁਹਾਨੂੰ ਗੱਡੀ ਤੱਕ ਛੱਡਿਆ ਨਾ ਕਾਰ ਬਾਹਰ ਖੜੀ ਸੀ ਹੈ ਨਾ ਮੈਂ ਕੋਈ ਨਹੀਂ ਮੈਂ ਚਲੇ ਜਾਂਦਾ ਨਹੀਂ ਭਾਅ ਜੀ ਚੰਗਾ ਨਹੀਂ ਲੱਗਦਾ ਤੁਸੀਂ ਇਕੱਲੇ ਜਾਓਗੇ ਕਹਿੰਦਾ ਤੁਸੀਂ ਭਾਅ ਜੀ ਇਕੱਲੇ ਨਾ ਆਇਆ ਕਰੋ ਕਹਿੰਦਾ ਇੱਕ ਅੱਧਾ ਬੰਦਾ ਨਾਲ ਰੱਖੋ ਮੈਨੂੰ ਚੰਗਾ ਨਹੀਂ ਲੱਗਦਾ ਬੰਦਾ ਹੀ ਨਹੀਂ ਚੰਗਾ ਲੱਗਦਾ ਨਾਲ ਆਪਣੇ ਕੋਈ ਮੈਨੂੰ ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਚੰਗਾ ਲੱਗਦਾ ਜਦੋਂ ਮੈਂ ਇਕੱਲਾ ਹੁੰਦਾ ਕਾਰ 'ਚ ਵੀ ਹੁਣ ਮੈਂ ਲੁਧਿਆਣੇ ਤੋਂ ਸਿੱਧਾ ਪਹੁੰਚਿਆ ਓਕੇ ਅਤੇ ਬੜਾ ਗਾਣੇ ਗੁਣੇ ਸੁਣਦੇ ਆ ਆਪਣਾ ਨਜ਼ਾਰਾ ਲੈਂਦੇ ਆ ਇਹ ਅਕਸਰ ਕਿਹਾ ਜਾਂਦਾ ਹੈ ਉਹ ਦੁਨੀਆ ਦਾ ਸਭ ਤੋਂ ਸਟਰੋਂਗੈਸਟ ਇਨਸਾਨ ਹੁੰਦਾ ਹੈ ਜਿਹੜਾ ਖੁਦ ਦੀ ਕੰਪਨੀ ਨੂੰ ਇੰਜੋਏ ਕਰਦਾ ਹੈ ਆਪਾਂ ਅੱਜ ਦੀ ਤਰੀਕ ਦੇ ਵਿੱਚ ਇੰਨੇ ਵੀਕ ਹੋ ਚੁੱਕੇ ਹਾਂ ਮੈਂ ਤੁਹਾਡੇ ਟੋਪਿਕ 'ਤੇ ਆ ਲੱਗਾ ਇੱਕ ਦੈਟ ਇਜ਼ ਕਾਲਡ ਡਿਪਰੈਸ਼ਨ ਡਿਪਰੈਸ਼ਨ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਆ ਉਹੀ ਲੋਨਲੀਨੈਸ ਆ ਅਤੇ ਤੁਹਾਨੂੰ ਤੁਹਾਡੇ ਗਾਣਿਆਂ ਨੂੰ ਤੁਹਾਡੇ ਕੰਟੈਂਟ ਨੂੰ ਤੁਹਾਡੇ ਪ੍ਰੋਡਕਟਸ ਨੂੰ ਹਮੇਸ਼ਾ ਉਹਨਾਂ ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰਦੇ ਨੇ ਜਿਹੜੇ ਕਿਤੇ ਨਾ ਕਿਤੇ ਲੋਨਲੀਨੈਸ ਦਾ ਸ਼ਿਕਾਰ ਹੋਏ ਨੇ ਹੁਣ ਉਹ ਤਾਂ ਤੁਹਾਡੇ ਗਾਣੇ ਸੁਣ ਕੇ ਮੋਟੀਵੇਟ ਹੋ ਜਾਂਦੇ ਨੇ ਬਟ ਮੈਨੂੰ ਲੱਗਦਾ ਕਿ ਗਾਣੇ ਦੇ ਵਿੱਚ ਤੁਸੀਂ ਸੋਚ ਡਿਲੀਵਰ ਕਰਦੇ ਹੋ ਬਟ ਮੈਂ ਇੱਥੇ ਸੋਚ ਦੇ ਪਿੱਛੇ ਦੀ ਸੋਚ ਦੀ ਗੱਲ ਕਰਦਾ ਪਿਆ ਹੈਗਾ ਕਿ ਦੇ ਰਹੇ ਹਾਂ ਆਪਾਂ ਉਹਨਾਂ ਨੂੰ ਕੀ ਯਾਰ ਮੈਂ ਕਿਸੇ ਨੂੰ ਕੁਛ ਨਹੀਂ ਦੇ ਰਿਹਾ ਨਾ ਮੈਂ ਕਿਸੇ ਨੂੰ ਕੁਛ ਦੇਣਾ ਚਾਹੁੰਦਾ
ਸਿੱਧੀ ਜਿਹੀ ਗੱਲ, ਮੇਰਾ ਕਿਤੇ ਕਿਤੇ ਇਹ ਮੋਟਿਵ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਮੋਟੀਵੇਟ ਕਰਾਂ, ਮੇਰਾ ਮੋਟਿਵ ਨਹੀਂ ਹੈਗਾ। ਜੇ ਜੇ ਇਹ ਮੇਰਾ ਮੋਟਿਵ ਹੁੰਦਾ ਤਾਂ ਮੇਰਾ ਹਰ ਗਾਣਾ ਹੀ ਮੋਟੀਵੇਸ਼ਨਲ ਹੁੰਦਾ, ਮੇਰਾ ਹਰ ਗਾਣਾ ਮੋਟੀਵੇਸ਼ਨਲ ਨਹੀਂ ਹੁੰਦਾ ਜੀ। ਮੈਂ ਸੈਡ ਸੌਂਗ ਵੀ ਗਾਉਣਾ, ਮੈਂ ਕਦੇ ਰੋਮੈਂਟਿਕ ਵੀ ਗਾਇਆ, ਮੈਂ ਚੱਕਵੇਂ ਗੀਤ ਵੀ ਗਾਇਆ, ਇਹ ਗੱਲ ਵੱਖਰੀ, ਉਹ ਮੇਰੇ ਨਾਲ ਜੁੜੇ ਨਹੀਂ ਕਦੇ। ਪਰ ਮੈਂ ਨਹੀਂ ਮੋਟੀਵੇਸ਼ਨ ਦੇਣਾ ਚਾਹੁੰਦਾ, ਇਹ ਜਦੋਂ ਇੱਦਾਂ ਦੀਆਂ ਚੀਜ਼ਾਂ ਮੈਂ ਕਰਦਾ ਇਹ ਮੇਰੇ ਅੰਦਰੋਂ ਆਉਂਦੀਆਂ ਨੇ, ਮੈਨੂੰ ਆਪਣੇ ਆਪ ਨੂੰ ਵਧੀਆ ਲੱਗਦਾ। ਇੱਥੇ ਇੱਕ ਹੋਰ ਪੁਆਇੰਟ ਹੈ ਭਾਅ ਜੀ, ਹਾਂਜੀ, ਕਹਿੰਦੇ ਕਿ ਉਹ ਜਰਨੀ ਹੈ ਨਾ ਜਿਹੜੀ ਜਿਹੜੀ ਤੁਸੀਂ ਠੋਕਰ ਗਾਣ ਦੀ ਜਰਨੀ ਆ, ਅਨਸਟੋਪੇਬਲ ਗਾਣ ਦੀ ਜਰਨੀ ਆ, ਤੁਸੀਂ ਕਈ ਵਾਰੀ ਕੋਈ ਚੀਜ਼ ਕਿਸੇ ਲਈ ਨਹੀਂ ਕਰਦੇ ਪਏ ਹੁੰਦੇ, ਤੁਸੀਂ ਖੁਦ ਲਈ ਹੀ ਕਰਦੇ ਪਏ ਹੁੰਦੇ ਆ, ਬਸ ਤੁਹਾਡਾ ਕਿੱਤਾ ਇਹੋ ਜਿਹਾ ਕਿ ਤੁਸੀਂ ਉਹਨੂੰ ਰਿਕਾਰਡ ਕਰਕੇ ਦੁਨੀਆ ਅੱਗੇ ਸਾਂਝਾ ਕਰ ਦਿੰਦੇ ਆ। ਓਬਵੀਅਸਲੀ ਗੱਲ ਆ, ਅਸੀਂ ਹੁਣ ਪ੍ਰੋਡਕਟ ਜੇ ਬਣਾਵਾਂਗੇ, ਗਾਣਾ ਜਾਂ ਵੀਡੀਓ ਜਾਂ ਕੁਛ ਵੀ ਬਣਾਉਂਦੇ ਹਾਂ, ਉਹ ਹੁਣ ਆਏ ਤਾਂ ਹੈ ਨਹੀਂ ਵੀ ਆਪਣੇ ਆਪ ਲਈ ਬਣਾਉਂਦੇ ਹਾਂ, ਆਪ ਹੀ ਸੁਣਨੀ ਆ, ਆਪ ਹੀ ਦੇਖਣੀ, ਜੀ ਜੀ ਠੀਕ ਹੈ ਨਾ। ਪਰ ਹੁਣ ਮੈਨੂੰ ਐਂ ਲੱਗਦਾ ਵਾ ਵੀ ਜਿੰਨਾ ਰਸ਼, ਜਿੰਨਾ ਟ੍ਰੈਫਿਕ, ਜਿੰਨਾ ਚੀਖ ਝੰਗਾੜਾ ਹੋ ਚੁੱਕਿਆ ਵਾ ਆਸ ਪਾਸ, ਹੁਣ ਮੈਂ ਮਿਊਜ਼ਿਕ ਜਦੋਂ ਬਣਾਉਂਦਾ ਮੈਂ ਆਪਣੇ ਆਪ ਲਈ ਬਣਾਉਂਦਾ, ਮੈਂ ਲੋਕਾਂ ਲਈ ਨਹੀਂ ਬਣਾਉਂਦਾ, ਕਿਸੇ ਹੋਰ ਲਈ ਨਹੀਂ ਬਣਾਉਂਦਾ। ਚਾਹੇ ਮੈਂ ਈ ਪੀ ਵੀ ਕੀਤੀ ਸੀ, ਆ ਪੋਜ਼ਿਟਿਵ ਵਾਈਬਸ ਈ ਪੀ ਦਾ ਨਾਮ ਸੀਗਾ, ਥੋੜ੍ਹੇ ਮਹੀਨੇ ਪਹਿਲਾਂ ਹੀ ਸਤੰਬਰ 'ਚ ਰਿਲੀਜ਼ ਹੋਈ ਸੀਗੀ ਪਿਛਲੇ ਸਾਲ। ਉਹ ਮੈਨੂੰ ਮਿਊਜ਼ਿਕ ਡਾਇਰੈਕਟਰ ਸਾਡੇ ਆਰ ਗੁਰੂ ਭਾਅ ਜੀ ਉਹਨਾਂ ਨੇ ਵੀ ਕਿਹਾ, ਇੱਕ ਦੋ ਹੋਰ ਬੰਦੇ ਨੇ ਵੀ, ਯਾਰ ਤੂੰ ਸਾਰੇ ਹੀ ਗਾਣੇ ਇਹੋ ਜਿਹੇ ਕਰੀ ਜਾਂਦਾ ਹੈ ਨਾ, ਬੜੇ ਮਿੱਠੇ ਜਿਹੇ ਠੰਡੇ ਜਿਹੇ ਗਾਣੇ ਨੇ ਇਹ। ਹਾਂਜੀ, ਮੈਂ ਕਿਹਾ ਯਾਰ ਮੇਰੀ ਮਰਜ਼ੀ, ਘੱਟੋ ਘੱਟ ਮੈਂ ਜੇ ਅੱਜ ਦੇ ਸਮੇਂ 'ਚ ਇਹ ਇੰਨਾ ਜੇ ਪਰਮਾਤਮਾ ਨੇ ਮੈਨੂੰ ਇੰਨਾ ਬਖਸ਼ਿਆ ਵੀ ਮੈਂ ਯਾਰ ਇਹ ਵੀ ਨਹੀਂ ਕਰ ਸਕਦਾ, ਹੁਣ ਮੈਂ ਜੇ ਅੱਗੇ ਕਹਾਂ ਸਪੋਜ਼ ਕਰੋ ਐਲਬਮ, ਮਤਲਬ ਉਹ ਉਹ ਦੌਰ ਜਾਂ ਉਹ ਸਮਾਂ ਮੈਨੂੰ ਲੱਗਦਾ ਨਿਕਲ ਗਿਆ, ਜਾਂ ਉਹ ਫੇਜ਼ ਮੈਂ ਆਪਣੇ 'ਚੋਂ ਕੱਢਤਾ ਜਿੱਥੇ ਮੈਂ ਇਹ ਸੋਚਾਂ ਵੀ ਯਾਰ ਮੈਨੂੰ ਨਾ ਫਲਾਣਾ ਗਾਣਾ ਕਰਨਾ ਚਾਹੀਦਾ, ਉਹਦੇ ਨਾਲ ਮੈਨੂੰ ਨਾ ਵਿਆਹ ਦੇ ਚਾਰ ਪ੍ਰੋਗਰਾਮ ਮਿਲਣਗੇ, ਉਹ ਚੀਜ਼ਾਂ 'ਚੋਂ ਮੈਂ ਨਿਕਲਿਆ ਸੀਗਾ ਸ਼ੁਰੂਆਤ 'ਚ, ਉਹ ਸੀ ਚੀਜ਼ਾਂ ਸੀਗੀਆਂ, ਹੁੰਦਾ ਵੀ ਯਾਰ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ। ਪਰ ਠੀਕ ਹੈ, ਪਰਮਾਤਮਾ ਦੀ ਕਿਰਪਾ ਵੀ ਅਸੀਂ ਥੋੜ੍ਹਾ ਜਿਹਾ ਹੁਣ ਠੰਡੇ ਮਤੇ ਆਪਣੇ ਸਵਾਦ ਨਾਲ ਚੱਲ ਰਹੇ ਹਾਂ, ਵੀ ਦਿਲ ਕਰਦਾ ਜੋ ਕਰਦੇ ਹਾਂ। ਫਿਲਮਾਂ ਦੇ ਮਾਮਲੇ 'ਚ ਵੀ ਇਹੀ ਦਿੱਕਤ ਸਾਨੂੰ ਫਿਲਹਾਲ ਆ ਰਹੀ ਆ, ਹੈ ਨਾ। ਗਾਣਿਆਂ 'ਚ ਕੀ ਹੈ, ਗਾਣਿਆਂ 'ਚ ਹੁਣ ਦਾ 'ਤੇ ਇੰਨਾ ਕੁਛ ਲੱਗਿਆ ਨਹੀਂ ਹੁੰਦਾ, ਗਾਣੇ ਅਸੀਂ ਬਣਾਉਂਦੇ ਹਾਂ, ਆਡੀਓ ਚੱਲਦੇ ਅੱਜ ਕੱਲ੍ਹ, ਆਡੀਓ ਪਾਉਂਦੇ ਹਾਂ, ਹੈ ਨਾ। ਫਿਲਮਾਂ ਦੇ ਮਾਮਲੇ ਦੇ ਵਿੱਚ ਪੈਸਾ ਲੱਗਦਾ ਕਰੋੜਾਂ 'ਚ, ਜਾਂ ਕਿਸੇ ਹੋਰ ਪ੍ਰੋਡਿਊਸਰ ਦਾ, ਜਾਂ ਤੁਹਾਡਾ ਆਪਣਾ ਜੇ ਤੁਸੀਂ ਖੁਦ ਪ੍ਰੋਡਿਊਸਰ। ਉੱਥੇ ਹਜੇ ਮੈਂ ਇਹ ਸਮਝਦਾ ਮੈਂ ਉਹ ਸਟੇਜ 'ਤੇ ਨਹੀਂ ਆਇਆ ਵੀ ਜਿੱਥੇ ਮੈਂ ਇਹ ਕਹਾਂ ਵੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਕਰਦਾ, ਹਾਲਾਂਕਿ ਮੈਂ ਫਿਰ ਵੀ ਆਪਣੀ ਮਰਜ਼ੀ ਨਾਲ ਹੀ ਹਾਂ ਜੀ। ਬਟ ਹਾਂ, ਉਹਦੇ 'ਚ ਕੋਈ ਕੁਛ ਚੀਜ਼ਾਂ ਮੈਨੂੰ ਫਿਰ ਵੀ ਦੇਖਣੀਆਂ ਪੈਂਦੀਆਂ ਨੇ ਵੀ ਯਾਰ ਫਲਾਣਾ ਆਰਟਿਸਟ ਵੀ ਕਾਸਟ ਕਰਨਾ ਪੈਣਾ, ਫਲਾਣੀ ਚੀਜ਼, ਫਲਾਣਾ ਗਾਣਾ ਵੀ ਇਹ 'ਚ ਪਾਉਣਾ ਪੈਣਾ, ਉਹ ਫਲਾਣੇ ਤੋਂ ਗਵਾ ਲਈਏ, ਹੈ ਨਾ। ਉਹ ਫੈਕਟਰ ਜਿਹੜੇ ਨੇ ਉਹ ਫਿਲਹਾਲ ਮੈਨੂੰ ਦੇਖਣੇ ਪੈਂਦੇ ਆ, ਜਿੱਦਣ ਇਹ ਸਮਾਂ ਆ ਗਿਆ ਵੀ ਉਹ ਚੀਜ਼ ਨਹੀਂ ਦੇਖਣੀ ਪਊਗੀ, ਤਾਂ ਐਂ ਨਹੀਂ ਮੈਂ ਵਾਹੀਆ ਤਾਂ ਕੰਮ ਕਰੂੰਗਾ, ਪਰ ਹੋ ਸਕਦਾ ਇਸ ਤੋਂ ਹੋਰ ਵਧੀਆ ਕੰਮ ਕਰੀਏ, ਹਜੇ ਫਿਰ ਵੀ ਡਰਦੇ ਹਾਂ ਥੋੜ੍ਹਾ ਜਿਹਾ। ਜੇ ਪੈਸਾ ਬੋਲਦਾ ਹੁੰਦਾ ਉਹਦੇ 'ਚ, ਜਦੋਂ ਤੁਸੀਂ ਕਹਿੰਦੇ ਹੋ ਗੱਲ ਕਿ ਯਾਰ ਇਹ ਪੈਸੇ ਆਪਾਂ ਮੋੜ ਦਈਏ, ਸਾਨੂੰ ਉਹ ਵਰਡ ਆਉਂਦਾ ਕਿ ਹਰਾਮ ਦਾ ਖਾਧਾ ਪਚਣਾ ਨਹੀਂ ਹੈ, ਐਂਡ ਜਦੋਂ ਤੁਸੀਂ ਜਾਂਦੇ 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 ਟ੍ਰੇਲਰ ਦੇ ਐਂਡ ਦੇ ਵਿੱਚ ਮੈਂ ਇਹਨਾਂ ਮੈਮ ਨਾਲ ਪੋਡਕਾਸਟ ਕੀਤਾ, ਅਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਐਂਡ ਦੇ ਵਿੱਚ ਇੱਕ ਬਹੁਤ ਸੋਹਣੀ ਲਾਈਨ ਬੋਲਦੇ ਤੁਸੀਂ ਕਿ ਨਾਲ ਜਗ ਰਚਨਾ ਸਭ ਝੂਠ, ਸਭ ਝੂਠ ਹੈ ਨਾ, ਜਲ ਰਿਓ ਰੇ ਮੀਤ, ਤੁਸੀਂ ਕਹਿੰਦੇ ਹੋ ਅਤੇ ਉੱਤੇ ਵਿਸ਼ਵਾਸ ਕਰਨ ਦਾ ਮਨ ਕਰਦਾ ਹੈ, ਕਿਉਂਕਿ ਤੁਸੀਂ ਆਪਣਾ ਕਰੈਕਟਰ ਹੀ ਇਹ ਡਿਵੈਲਪ ਕੀਤਾ ਹੋਇਆ, ਸੋਰੀ ਇਹ ਕਰੈਕਟਰ ਹੈਗਾ ਆ ਤੁਹਾਡਾ ਜੋ ਆਪਾਂ ਜਾਣਦੇ ਹਾਂ, ਕੋਈ ਹੋਰ ਕਰਦਾ ਇਹ ਕੋਈ ਜ਼ਰੂਰੀ ਥੋੜ੍ਹੀ ਆ, ਹੁਣ ਆਪਾਂ ਕੈਮਰੇ ਮੂਹਰੇ ਬੈਠੇ ਕੀ ਪਤਾ ਮੈਂ ਕੁਛ ਹੋਰ ਹੋਵਾਂ, ਪਤਾ ਭਾਜੀ ਕੁਛ ਐਨਰਜੀਜ਼ ਹੁੰਦੀਆਂ ਨਾ ਜਿਹੜੀਆਂ ਤੁਹਾਨੂੰ, ਤੁਸੀਂ ਜਿੰਨਾ ਵੀ ਪ੍ਰੋਬਲਮ, ਮੈਂ ਤੁਹਾਨੂੰ ਦੱਸਦਾ ਜਿੰਨੇ ਆਰਟਿਸਟ ਨੇ ਨਾ ਜਾਂ ਜਿੰਨੇ ਸਿੰਗਰ ਨੇ, ਜਿੰਨੇ ਸਾਡੀ ਫੀਲਡ ਨਾਲ ਜੁੜੇ ਹੋਏ ਬੰਦੇ ਆ ਨਾ, ਮੈਂ ਕਿਸੇ ਦੀ ਨਹੀਂ ਗੱਲ ਕਰਦਾ, ਮੈਂ ਸਾਰੀ ਗੱਲ ਮੈਂ ਆਪਣੇ ਆਪ 'ਤੇ ਹੀ ਲਾਉਂਗਾ, ਮੈਂ ਕਿਸੇ ਦੀ ਗੱਲ ਨਹੀਂ ਕਰੂੰਗਾ, ਨਾ ਮੈਨੂੰ ਕਿਸੇ ਤੱਕ ਮਤਲਬ ਆ ਜੀ। ਅਸੀਂ ਨਾ, ਮੈਂ, ਅਸੀਂ ਕੈਮਰੇ ਮੂਹਰੇ ਥੋੜ੍ਹਾ ਜਿਹਾ ਐਕਟਿੰਗ ਕਰਦੇ ਹਾਂ, ਓਕੇ ਠੀਕ ਹੈ। ਮੈਂ ਤਾਂ ਇਹ ਕਹਿੰਦਾ ਵੀ ਯਾਰ ਤੁਸੀਂ, ਜੇ ਮੈਂ ਕੁਛ ਕਹਿੰਦਾ ਤੁਸੀਂ ਮੇਰੀ ਮੰਨਦੇ ਕਹਤੇ ਹੋ, ਜਦ ਤੱਕ ਤੁਸੀਂ ਮੇਰੇ ਨਾਲ ਮਿਲੇ ਨਹੀਂ, ਵਰਤੇ ਨਹੀਂ, ਹੰਢਾਇਆ ਹੀ ਨਹੀਂ, ਉਦ ਤੱਕ ਮੇਰੀ ਮੰਨੋ ਹੀ ਨਾ, ਮੇਰੀ ਸੁਣੋ ਹੀ ਨਾ, ਮੇਰਾ ਵਿਸ਼ਵਾਸ ਹੀ ਨਾ ਕਰੋ, ਨਾ ਮੈਨੂੰ ਲੋੜ ਆ ਵੀ ਮੈਂ ਤੁਹਾਨੂੰ ਮੰਨਾਵਾਂ ਵੀ ਯਾਰ ਤੂੰ ਮੇਰੀ ਗੱਲ ਮੰਨ, ਜੇ ਮੈਂ ਇਹ ਗੱਲ ਕਹਿ ਰਿਹਾ ਤਾਂ ਮੇਰੀ ਗੱਲ ਦਾ ਯਕੀਨ ਕਰ। ਮੈਨੂੰ ਪਤਾ ਵੀ ਆਸ ਪਾਸ ਸਾਰਾ ਬਲੱਫ ਚੱਲ ਰਿਹਾ ਸਿਸਟਮ ਸਾਰਾ, ਹੈ ਨਾ। ਸੋ ਹੋ ਸਕਦਾ ਮੈਂ ਤੁਹਾਨੂੰ ਕਨਵਿੰਸ ਕਰ ਲਿਆ ਹੋਵੇ, ਹੋ ਸਕਦਾ ਤੁਸੀਂ ਮੈਨੂੰ ਜੱਜ ਕਰ ਲਿਆ ਹੋਵੇ, ਹੋ ਸਕਦਾ ਤੁਸੀਂ ਮੈਨੂੰ ਗਲਤ ਜੱਜ ਕੀਤਾ ਹੋਵੇ, ਹੋ ਸਕਦਾ ਸਹੀ ਜੱਜ ਕੀਤਾ ਹੋਵੇ। ਬਟ ਮੈਨੂੰ ਲੱਗਦਾ ਕਿ ਭਾਅ ਜੀ ਕੁਛ ਐਨਰਜੀਜ਼ ਹੁੰਦੀਆਂ ਨੇ ਜਿਹੜੀਆਂ ਇਟਸ ਟੋਟਲੀ ਲਾਈਕ ਸਹੀ ਗਲਤ ਹੋ ਸਕਦੀਆਂ ਨੇ, ਕੁਛ ਐਨਰਜੀਜ਼ ਮੈਂ ਲੈ ਕੇ ਆਇਆ ਤੁਹਾਡੇ ਅਕੋਰਡਿੰਗਲੀ। ਇਹ ਮੈਂ ਵੀ ਪੋਡਕਾਸਟ ਕਰਦਾ ਹਾਂ, ਮੈਂ ਵੀ ਲੋਕਾਂ ਨੂੰ ਮਿਲਦਾ ਹਾਂ, ਮੈਂ ਵੀ ਲੋਕਾਂ ਨੂੰ ਸਿਰਫ ਯੂਟਿਊਬ 'ਤੇ ਜਾਂ ਕੈਮਰਾ 'ਤੇ ਦੇਖਿਆ ਹੁੰਦਾ ਹੈ, ਫਿਰ ਉਹਨਾਂ ਨੂੰ ਮਿਲਦਾ ਹਾਂ,
ਜੋ ਮੈਂ ਉਹਨਾਂ ਵਾਸਤੇ ਪਰਸਪੈਕਟਿਵ ਲੈ ਕੇ ਆਇਆ ਹੁੰਦਾ ਜਦੋਂ ਮਿਲਦਾ ਤਾਂ ਕਈ ਵਾਰੀ ਤਾਂ ਉਹ ਉੱਤੋਂ ਕਿਤੇ ਗਾਂਹ ਚੱਲ ਜਾਂਦਾ ਕਿ ਲੱਗਦਾ ਹੈ ਇੱਦਾਂ। ਤਾਂ ਹੀ ਮੈਂ ਕਈ ਆਰਟਿਸਟਾਂ ਨੂੰ ਮਿਲਦਾ ਨਹੀਂ, ਮੈਂ ਕਿਸੇ ਨੂੰ ਨਹੀਂ ਮਿਲਦਾ। ਓਕੇ, ਮੈਂ 98% ਆਰਟਿਸਟਾਂ ਨੂੰ ਅੱਜ ਤੱਕ ਨਹੀਂ ਮਿਲਿਆ, ਚਾਹੇ ਮੇਰੇ ਕੰਟੈਂਪਰੇਰੀ ਆ, ਚਾਹੇ ਮੇਰੇ ਤੋਂ ਜੂਨੀਅਰ, ਚਾਹੇ ਮੇਰੇ ਤੋਂ ਸੀਨੀਅਰ ਆ। ਸਪੈਸ਼ਲੀ ਜਿਹਨਾਂ ਨੂੰ ਮੈਂ ਸੁਣਦਾ ਉਹਨਾਂ ਤਾਂ ਮੈਂ ਜਮਾਂ ਹੀ ਨਹੀਂ ਮਿਲਣਾ ਚਾਹੁੰਦਾ, ਮਿਲਣਾ ਹੀ ਨਹੀਂ ਚਾਹੁੰਦਾ। ਬੜੇ ਆਰਟਿਸਟ ਨੇ ਇੱਦਾਂ ਦੇ ਜਿਹਨਾਂ ਨੂੰ ਮੈਂ ਸੁਣਦਾ, ਮੇਰਾ ਫੋਨ 'ਚ ਮੈਂ ਹੁਣ ਵੀ ਸੁਣ ਰਿਹਾ ਸੀ, ਕਾਰ 'ਚ ਆਉਂਦੇ ਵੀ ਸੁਣ, ਨਾਮ ਨਹੀਂ ਮੈਂ ਲਊਂਗਾ, ਮੈਂ ਰੈਗੂਲਰ ਸੁਣਦਾ ਉਹਨਾਂ ਨੂੰ ਕਿ ਜੋ ਮੈਂ ਉਹਨਾਂ ਬਾਰੇ ਜਾਣਦਾ ਮੈਂ ਉਹਨੇ ਹੀ ਜਾਣਨਾ ਚਾਹੁੰਦਾ, ਮੈਂ ਜਾਣਨਾ ਹੀ ਚਾਹੁੰਦਾ ਯਾਰ। ਐਜ਼ ਐਨ ਆਰਟਿਸਟ ਉਹਨਾਂ ਦੀ ਕ੍ਰੀਏਸ਼ਨ ਮੈਨੂੰ ਪਸੰਦ ਆ, ਬੜੇ ਨਵੇਂ ਮੁੰਡੇ ਆ ਯਾਰ, ਬਹੁਤ ਨੇ, ਬਹੁਤ ਸੋਹਣਾ ਲਿਖਦੇ ਆ, ਬਹੁਤ ਸੋਹਣਾ ਗਾਉਂਦੇ ਆ, ਗਾਣਿਆਂ ਦੀ ਗੱਲ ਕਰ ਰਿਹਾ ਮੈਂ, ਹੈ ਨਾ। ਪਰ ਮੈਨੂੰ ਐਂ ਹੁੰਦਾ ਵੀ ਯਾਰ ਮੈਨੂੰ ਟੱਕਰ ਨਾ ਜਾਣ ਕਿਤੇ, ਕਿਤੇ ਨਾ ਟੱਕਰ ਜਾਣ ਕਿਤੇ, ਹੈ ਨਾ। ਉਹ ਕਿਤੇ ਮੈਨੂੰ ਉਹ ਦੂਜੇ ਲੋਟ ਦੇਖ ਲੈਣ ਜਾਂ ਮੈਨੂੰ ਉਹਨਾਂ ਦਾ ਕੁਝ ਦੇਖ ਜਾਵੇ, ਫਿਰ ਸਵਾਦ ਖਰਾਬ ਹੋਊ, ਫਿਰ ਮੈਂ ਫਿਰ ਮੇਰੇ ਤੋਂ ਗਾਣੇ ਨਹੀਂ ਸੁਣਾਉਣੇ, ਛੱਡੋ, ਠੀਕ ਹੈ, ਇੱਦਾਂ ਹੀ ਠੀਕ ਹੈ। ਬਿਊਟੀਫੁਲ ਭਾਅ ਜੀ, ਹੁਣ ਭਾਅ ਜੀ ਆਪਾਂ ਫਿਜ਼ੀਕਲ ਹੈਲਥ ਦੀ ਗੱਲ ਕਰ ਲਈ ਆ, ਆਪਾਂ ਕਰੈਕਟਰ ਉੱਤੇ ਥੋੜ੍ਹੀ ਬਹੁਤੀ ਗੱਲ ਕਰ ਲਈ ਆ, ਇੱਕ ਪਾਰਟ 'ਤੇ ਮੈਂ ਫਿਰ ਜੇ ਮੋਟੀਆਂ ਫਿਲੋਸਫੀਕਲ ਗੱਲਾਂ ਕੀਤੀਆਂ ਨੇ ਜਿਹੜੀਆਂ, ਹੋ ਸਕਦਾ ਕਿਸੇ ਨੂੰ ਬੋਰ ਕਰਦੀ ਹੁਣ ਯਾਰ, ਕੰਟਰੋਵਰਸੀ ਤਾਂ ਆਪਾਂ ਕੀਤੀ ਕੋਈ ਨਹੀਂ ਭਾਅ ਜੀ, ਗੱਲ ਆ ਕਿ ਇਹ ਚੈਨਲ ਇਹ ਚੈਨਲ ਆਪਾਂ ਨਹੀਂ ਕੀਤਾ, ਆਪਾਂ ਕਿਵੇਂ ਕਿਵੇਂ ਵਿਊ ਵਿਊ ਕਿਵੇਂ ਆਉਣਗੇ, ਆ ਜਾਂਦੇ ਭਾਅ ਜੀ, ਪਤਾ ਨਹੀਂ ਕਿਉਂ। ਉਹ ਤੁਸੀਂ ਨਾ ਇੱਕ ਵਰਡ ਬੋਲਿਆ ਸੀਗਾ ਕਿ ਚੰਗੇ ਸੁਣਨ ਵਾਲੇ ਬਹੁਤ ਲੋਕ ਹੈਗੇ ਨੇ, ਅਤੇ ਉਹ ਚੰਗੇ ਸੁਣਨ ਵਾਲੇ ਸੌ ਜਾਂਦੇ ਹੈਗੇ ਵਾਰੀ, ਚੱਲਣਾ ਪੈਣਾ ਵੀ ਬਾਈ ਇਹਦੇ ਚ ਘਾਟਾ ਪੈ ਸਕਦਾ। ਆ ਪੋਜ਼ਿਟਿਵ ਵਾਈਬਸ ਮੈਂ ਈਪੀ ਕੀਤੀ ਨਾ, ਦੱਸਿਆ ਤਾਂ ਹੈ, ਤੇ ਇਹ ਕੋਈ ਐਂ ਥੋੜੀ ਬਹੁਤ ਵਾਇਰਲ ਹੋ ਗਈ, ਜਾਂ ਜਿੰਨੇ ਹੁਣ ਜਿੰਨੇ ਵਾਇਰਲ ਆਰਟਿਸਟ ਸਿੰਗਰ ਹੈਗੇ ਉਹਨਾਂ ਦੀ ਈਪੀਆਂ ਜਾਂ ਕੁਛ ਆਉਂਦਾ ਵਾ ਵੀ ਬਹਿ ਜਾ ਤਰਥੱਲੀ ਮਚਾਤੀ, ਇੰਨੀਆਂ ਸਟ੍ਰੀਮਾਂ, ਇਹ ਹੋ ਗਿਆ ਉਹ ਹੋ ਗਿਆ, ਉੱਦਾਂ ਥੋੜ੍ਹੀ ਹੋਇਆ। ਪਰ ਮੇਰੀ ਤਸੱਲੀ, ਆਪਾਂ ਨੂੰ ਖੁਸ਼ੀ ਆ ਵੀ ਆਪਾਂ ਉਹ ਚੀਜ਼ ਕੀਤੀ ਜੋ ਮੈਂ ਮੇਰਾ ਦਿਲ ਕਰਦਾ ਸੀ ਮੈਂ ਕੀਤਾ, ਜਿੰਨਿਆਂ ਨੇ ਸੁਣੀਆਂ, ਤੁਸੀਂ ਸੁਣਿਆ ਜਾਂ ਕਿਸੇ ਹੋਰ ਨੇ ਸੁਣਿਆ, ਅਤੇ ਓਬਵੀਅਸਲੀ ਗੱਲ ਆ ਜਿਹਨਾਂ ਲਈ ਚੀਜ਼ ਮੈਂ ਬਣਾਈ ਸੀ ਉਹਨਾਂ 'ਚੋਂ ਹੋ ਸਕਦਾ 30% ਨੇ ਸੁਣਿਆ ਹੋਵੇ, ਜਾਂ ਮੈਂ ਆਪਣੇ ਲਈ ਵੀ ਬਣਾਈ ਸੀ ਵੈਸੇ ਤਾਂ, ਜਿਹੜੇ ਉੱਦਾਂ ਦੇ ਸੁਣਨ ਵਾਲੇ ਹੈਗੇ ਆ ਜੀ, ਤਾਂ ਠੀਕ ਆ ਵਾ, ਠੀਕ ਆ। ਆਪਾਂ ਹੁਣ ਗੱਲ ਕਰਦੇ ਪਏ ਹਾਂ ਆਹੀ ਜੋ ਵੀ ਤੁਹਾਨੂੰ ਲੱਗਣ ਦਾ ਕੰਟਰੋਵਰਸ਼ੀਅਲ ਨਹੀਂ ਹੈਗਾ, ਤੁਹਾਨੂੰ ਕਿੱਦਾਂ ਲੱਗ ਰਿਹਾ ਹੈ? ਹਾਂ ਮੈਨੂੰ ਆਇਆ ਵੀ ਮੇਰੇ ਲਈ ਤਾਂ ਠੀਕ ਆ, ਅਤੇ ਤੁਹਾਡਾ ਕੀ ਬਣੂਗਾ, ਤੁਹਾਡਾ ਸੋਚਣ ਦੇ ਅੰਦਰ, ਤੁਹਾਡਾ ਤਾਂ ਯਾਰ ਐਂ ਤਾਂ ਗੱਲਾਂ ਕਰਕੇ ਆਪਣਾ ਹੱਲ ਨਹੀਂ ਹੈਗਾ, ਫਿਲੋਸਫੀਕਲ ਜਿਹੀਆਂ ਗੱਲਾਂ ਕਰੀ ਜਾਂਦੇ, ਸਿਆਣੀ ਜੀ ਗੱਲਾਂ ਕਰੀ ਜਾਂਦੇ, ਫਿਰ ਉਹ ਹੋ ਸਕਦਾ 5 ਮਿੰਟ ਉਹਦਾ ਗੱਲੇ ਕਹਿਣ ਵੀ ਯਾਰ ਇਹ ਜ਼ਿਆਦਾ ਸਿਆਣਾ, ਇਹ ਮੱਤਾਂ ਦੇਣ ਲੱਗਾ ਹੈ, ਆਪ ਪਤਾ ਨਹੀਂ ਕਿਹੋ ਜਿਹਾ ਹੋਊਗਾ, ਕਿਹੋ ਜਿਹਾ ਨਹੀਂ ਹੋਊ, ਅਤੇ ਉਹ ਕਿਸੇ ਪਾਸੇ ਫਿਰ ਗੱਲ ਨਹੀਂ ਨਿਕਲਦੀ ਹੈ ਮੈਨੂੰ ਲੱਗਦਾ, ਜਦ ਤੱਕ ਆਪਾਂ ਕੋਈ ਉਹਦੇ ਕਹਿਣਾ ਕੋਈ ਵੀ ਗਰਮ ਮੁੱਦੇ 'ਤੇ ਜਾਂ ਕਿਸੇ ਦੇ ਖਿਲਾਫ ਨਹੀਂ ਗੱਲ ਕਰਦੇ।